ਇਹ ਤਾਂ ਜਾਣਕਾਰੀ ਸਾਰਿਆਂ ਦੇ ਕੋਲ ਪਹੁੰਚ ਚੁੱਕੀ ਹੈ ਕਿ ਇਸ ਵਾਰ ਵਰਲਡ ਕਬੱਡੀ ਕੱਪ 2020 ਹੋ ਰਿਹਾ ਹੈ ਪਾਕਿਸਤਾਨ ਦੇ ਵਿੱਚ। ਇਹ ਮੈਚ 9 ਫਰਵਰੀ ਤੋਂ ਲੈ ਕੇ 16 ਫਰਵਰੀ ਤੱਕ ਖੇਡਿਆ ਜਾਵੇਗਾ। ਇਸ ਕਬੱਡੀ ਕੱਪ ਦੇ ਵਿੱਚ ਤਕਰੀਬਨ 10 ਦੇਸ਼ਾਂ ਦੀ ਟੀਮ ਹਿੱਸਾ ਲੈ ਰਹੀ ਹੈ। ਪਰ ਦੱਸ ਦਈਏ ਕਿ ਪਾਕਿਸਤਾਨ ਨੂੰ ਸਭ ਤੋਂ ਜ਼ਿਆਦਾ ਡਰ ਹੈ ਜੀ ਇੰਡੀਆ ਤੋਂ। ਇਸੇ ਕਰਕੇ ਪਾਕਿਸਤਾਨ ਦੇ ਨੰਬਰ 1 ਜਾਫੀ ਮੁਸ਼ਰਫ ਜਾਵੇਦ ਜੰਜੂਆ ਨੇ ਬਾਰ ਬਾਰ ਇੱਕੋ ਗੱਲ ਕਹੀ ਕਿ ਇੰਡੀਆ ਦੇ ਪਲੇਅਰ ਉਹਨਾਂ ਨੂੰ ਕਾਫੀ ਸਟਰੋਂਗ ਲੱਗਦੇ ਹਨ। ਉਹਨਾਂ ਨੇ ਭਾਰਤ ਦੇ ਕਈ ਦਿੱਗਜ ਖਿਡਾਰੀਆਂ ਦਾ ਨਾਮ ਲਿਆ ਅਤੇ ਕਿਹਾ ਕਿ ਭਾਰਤ ਦੀ ਟੀਮ ਉਹਨਾਂ ਨੂੰ ਕਾਫੀ ਸਟਰੋਂਗ ਲੱਗਦੀ ਹੈ। ਤੁਸੀਂ ਵੀ ਦੇਖੋ ਮੁਸ਼ਰਫ ਜਾਵੇਦ ਜੰਜੂਆ ਨੇ ਆਖਿਰਕਾਰ ਕੀ ਕਿਹਾ। ਪਾਕਿਸਤਾਨ ਗੌਰਮੈਂਟ ਦਾ, ਪਾਕਿਸਤਾਨ ਕਬੱਡੀ ਫੈਡਰੇਸ਼ਨ ਦਾ ਬਹੁਤ ਜ਼ਿਆਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਜਿਹਨਾਂ ਪਹਿਲੀ ਦਫ਼ਾ ਕਬੱਡੀ ਦਾ ਇਹ ਵਰਲਡ ਕੱਪ ਲਿਆ ਕੇ ਪਾਕਿਸਤਾਨ 'ਤੇ ਸਾਨੂੰ ਖੇਡਣ ਦਾ ਆਜ਼ਾਦ ਇਹ ਮਿਲੇਗਾ। ਅਤੇ ਜਿੱਦਾਂ ਸਾਰਿਆਂ ਨੂੰ ਪਤਾ ਕਿ ਅੱਗੇ ਇੰਡੀਆ ਦੀ ਟੀਮ ਜ਼ਿਆਦਾ ਸਟਰੋਂਗ ਹੁੰਦੀ ਆ, ਪਾਕਿਸਤਾਨ ਦਾ ਅਤੇ ਇੰਡੀਆ ਦਾ ਕੰਪੀਟੀਸ਼ਨ ਆਉਂਦਾ। ਕੈਨੇਡਾ ਦੀ ਟੀਮ ਇਰਾਨ ਦੀ ਹੈ, ਇੰਗਲੈਂਡ ਦੀ, ਆਸਟ੍ਰੇਲੀਆ ਦੀ ਹੈ। ਅਤੇ ਇਨਸ਼ਾਅੱਲਾ ਜਿਸ ਹਿਸਾਬ ਨਾਲ ਕੋਚ ਸਾਹਿਬਾਨ ਨੇ ਆਪਣਾ ਇਸਲਾਮਾਬਾਦ ਕੈਂਪ ਲਗਾਇਆ, 2 ਮਾਹ ਇਹ ਲੜਕੋਂ ਨੇ ਬਹੁਤ ਅੱਛੀ ਮਿਹਨਤ ਕੀ ਹੈ, ਤੋ ਇਨਸ਼ਾਅੱਲਾ ਹਮ ਇਹ ਵਿਨ ਕਰੇਂਗੇ। ਸਰ ਭਾਈ, ਆਪ ਇੰਡੀਆ ਮੈਂ ਆਪਕੇ ਬਹੁਤ ਜ਼ਿਆਦਾ ਫੈਨਸ ਹਨ, ਬੜੇ ਲੋਕ ਮਾਨਤੇ ਹੈਂ ਆਪਕੋ, ਇੰਡੀਅਨ ਫੈਨਸ ਕੇ ਲਈ ਆਪ ਕਿਆ ਕੁਛ ਪੈਗਾਮ ਦੇਣਾ ਚਾਹੇਂਗੇ? ਵੇਖੋ, ਦੁਨੀਆ ਪੂਰੀ 'ਚ ਜਿੱਥੇ ਕਬੱਡੀ ਹੈ ਉੱਥੇ ਪੰਜਾਬੀ ਨੇ, ਪੰਜਾਬੀ ਨੇ ਉਹ ਕਬੱਡੀ ਦੇ ਜਿਵੇਂ ਸਾਡੇ ਇੱਥੇ ਬਹੁਤ ਜ਼ਿਆਦਾ ਫੈਨ ਨੇ ਇੰਡੀਆ ਦੇ ਪਲੇਅਰਾਂ ਦੇ, ਉੱਥੇ ਬਹੁਤ ਜ਼ਿਆਦਾ ਫੈਨ ਨੇ ਸਾਡੇ ਪਾਕਿਸਤਾਨ ਦੇ ਕਬੱਡੀ ਦੇ ਪਲੇਅਰਾਂ ਦੇ। ਇਹ ਵਿਕਾਸ, ਇਹ ਪਾਟੇ ਸਾਡਾ ਬਹੁਤ ਅੱਛਾ ਕ੍ਰਿਕਟਰ ਹੈ, ਜਿਵੇਂ ਇਹ ਬਲਾਲ ਮੋਹਸਨ, ਇਹ ਢਿੱਲੂ ਹੈ, ਇਹ ਨਵਾਂ ਚਿਹਰਾ, ਇਹ ਸ਼ਰਾਮ ਸਾਜਦ ਭੁੱਟੋ ਹੈ, ਅਤੇ ਇਹੋ ਜਿਹੇ ਨਵੇਂ ਚਿਹਰੇ ਪਾਕਿਸਤਾਨ 'ਚ ਜਿਵੇਂ ਕਬੱਡੀ ਦਾ ਇਹ ਵਰਲਡ ਕੱਪ ਹੋਏਗਾ, ਇਹਨਾਂ ਸਾਰਿਆਂ ਨੂੰ ਇਹ ਖੇਡਣ ਦਾ ਮੌਕਾ ਇਹ ਮਿਲੇਗਾ, ਅਤੇ ਇਨਸ਼ਾਅੱਲਾ ਇਹ ਆਪਣੀ ਗੇਮ ਹੋਣਗੇ ਅਤੇ ਪਾਕਿਸਤਾਨ ਨੂੰ ਇਹ ਜਿਤਵਾਉਣਗੇ। ਪੂਰੀ ਦੁਨੀਆ ਮੈਂ ਆਪਣੇ ਨਾਮ ਵੀ ਕਬੱਡੀ ਖੇਲੀ ਜਾਤੀ ਹੈ, ਬੜਾ ਆਪਕੋ ਸਟੋਪਰ, ਬੜਾ ਸਟੋਪਰ ਮਾਨਾ ਜਾਤਾ ਹੈ, ਲੇਕਿਨ ਖੁਦ ਮੁਸ਼ਰਫ ਜੰਜੂਆ ਕੇ ਮੁਤਾਬਿਕ ਬੜਾ ਸਟੋਪਰ ਕੌਣ ਹੈ ਪਾਕਿਸਤਾਨ ਕੇ ਇਲਾਵਾ ਦੂਸਰੀ ਟੀਮ ਮੈਂ? ਪੂਰੀ ਦੁਨੀਆ ਮੈਂ ਜੈਸੇ ਇਹ ਖੇਲਤੇ ਹੈ, ਕਿਸੀ ਕਿਹਾ ਇਹ ਦਿਨ ਹੁੰਦਾ, ਇਹ ਲੱਕ ਚੱਲਦੀ ਹੁੰਦੀ ਹੈ, ਤੋ ਇੰਡੀਆ ਨੇ ਇਹ ਟੀਮ ਮੈਂ ਇਹ ਬਹੁਤ ਅੱਛੀ ਟੀਮ ਆ ਰਹੀ ਹੈ, ਜੈਸੇ ਸੁਲਤਾਨ ਹੈ, ਇਹ ਦੁੱਲਾ, ਇਹ ਜਾਦਾ, ਖੁਸ਼ੀ ਹੈ, ਅਰਸ਼ ਹੈ, ਤੋ ਐਸੇ ਹਮਾਰੀ ਟੀਮੇ ਤਕਰੀਬਨ ਸੇਮ ਹੀ ਹੈ, ਸਟਰੋਂਗ ਹੈ, ਤੋ ਇਨਸ਼ਾਅੱਲਾ ਜੋ ਇਹ ਗਲਤੀ ਕਰੇਗਾ ਉਹ ਇਹ ਮੈਚ ਇਹ ਲੂਜ਼ ਕਰੇਗਾ। ਆਪਕੋ ਕੌਣ ਸਾ ਪਾਕਿਸਤਾਨ ਕੇ ਇਲਾਵਾ ਕੌਣ ਸਾ ਸਟੋਪਰ ਆਪਕੋ ਅੱਛਾ ਲੱਗਤਾ ਹੈ, ਜਾਂ ਫਿਰ ਕੌਣ ਸਾ ਅੱਛਾ ਲੱਗਤਾ ਹੈ ਆਪਕੋ? ਇੰਡੀਆ ਮੈਂ ਜੈਸੇ ਇੱਕ ਲੜਕਾ ਹੋਊਗਾ, ਇਹ ਪਾਲਾ, ਇਹ ਜਲਾਲਪੁਰੀ ਹੈ, ਤੋ ਉਹ ਉਸਕੀ ਨਾ ਇਹ ਲਗਾਈਆਂ 2-3 ਹੈ, ਉਹ ਨੀਚੇ ਸੇ ਵੀ ਇਹ ਪਕੜਦਾ, ਉੱਪਰ ਸੇ ਵੀ ਇਹ ਪਕੜਦਾ, ਐਸੇ ਬਹੁਤ ਕੰਮ ਇਹ ਜਾਫੀ ਹੁੰਦੇ ਹਨ ਜੋ ਇਹ ਫਾਈਟ ਕਰਦੇ ਹਨ। ਸਹੀ, ਪਰ ਆਪ ਹਰ ਟੀਮ ਕੇ ਖਿਲਾਫ ਖੇਲੇ ਹੈ, ਹਰ ਆਲਮੋਸਟ ਹਰ ਪਹਿਲਵਾਨ ਕੋ ਆਪਣੇ ਪਕੜਾ ਵੀ ਹੈ, ਬਟ ਫਿਰ ਵੀ ਸਭ ਸੇ ਟਫ ਆਪਕੋ ਸਹੀ ਕੌਣ ਸਾ ਲਗਾ, ਰੇਡਰ ਆਪਕੋ ਲਗਾ ਕਿ ਯਾਰ ਇਹ ਮਸਲਾ ਅੱਛੀ ਜਾਣ ਰਿਹਾ? ਇਨਸ਼ਾਅੱਲਾ ਇਹ ਇਨਸਾਨ ਇਹ ਮਿਹਨਤ ਕੀ ਹੋ ਨਾ, ਕੋਈ ਵੀ ਨਹੀਂ ਇਹ ਇਨਸਾਨ ਕਿਸੀ 'ਤੇ ਇਹ ਤਗੜਾ ਹੁੰਦਾ, ਤੋ ਹਮ ਉਨਕੀ ਟੀਮ ਜੈਸੇ ਆ ਰਹੀ ਹੈ, ਇਹ ਬਹੁਤ ਜ਼ਿਆਦਾ ਸਟਰੋਂਗ ਆ ਰਹੀ, ਉਨਕੇ ਮੈਚ ਇਹ ਰੀਚ ਕਰੇਂਗੇ, ਤੋ ਮੈਚ ਇਹ ਰੀਚ ਕਰਕੇ ਉਨਕੇ ਜੋ ਇਹ ਲੂਜ਼ ਪੁਆਇੰਟ ਹੋਏ ਉਹ ਉਨਸੇ ਵੀ ਇਹ ਫਾਇਦਾ ਹਾਸਿਲ। ਵੈਸੇ ਪਸੰਦ ਕੌਣ ਸਾ ਆਪਕੋ ਰੇਡਰ ਪਾਕਿਸਤਾਨ ਕੇ ਇਲਾਵਾ? ਇਹ ਦੁੱਲਾ, ਇਹ ਬਗਾ ਪਿੰਡ ਵਾਲਾ ਜੋ ਆ ਰਹਾ ਬਹੁਤ ਸਾਰਾ।